ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਰਾਜ ਪੰਜਾਬੀ ਕਹਾਣੀਆਂ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਹੈ। ਸ਼ੁਰੂ ਕਰਦੇ ਹਾਂ ਮੈਂ ਤੈਨੂੰ ਫਿਰ ਮਿਲਾਂਗੀ ਦਾ ਚੌਥਾ ਭਾਗ। ਕਦੇ ਕਦੇ ਕਈ ਮੁਲਾਕਾਤਾਂ ਹੁੰਦੀਆਂ ਨੇ, ਬਾਤਾਂ ਹੁੰਦੀਆਂ ਨੇ, ਪਰ ਉਸ ਸ਼ਖਸ ਨਾਲ ਆਪਾਂ ਮਿਲ ਹੀ ਨਹੀਂ ਪਾਉਂਦੇ ਅਤੇ ਕਦੇ ਕਦੇ ਕਿਸੇ ਨਾਲ ਇੱਕ ਮੁਲਾਕਾਤ ਵੀ ਢੰਗ ਨਾਲ ਨਹੀਂ ਹੋਈ ਹੁੰਦੀ, ਪਰ ਮਹਿਸੂਸ ਇੰਝ ਹੁੰਦਾ ਹੈ ਜਿਵੇਂ ਜ਼ਿੰਦਗੀ ਦਾ ਕੋਈ ਖਾਸ ਹਿੱਸਾ ਹੈ ਉਹ ਸ਼ਖਸ। ਅਹਿਸਾਸ ਭਾਵੇਂ ਮਗਰੋਂ ਹੋਵੇ, ਲਗਾਵ ਕਦੋਂ ਹੋ ਜਾਂਦਾ ਹੈ ਪਤਾ ਹੀ ਨਹੀਂ ਹੁੰਦਾ। ਦਿਲ ਦੀ ਜ਼ਮੀਨ ਅਤੇ ਮੁਹੱਬਤ ਨੇ ਵੀ ਕਦੇ ਪੁੰਗਰਨ ਲਈ ਇਜਾਜ਼ਤ ਮੰਗੀ ਹੈ। ਮਨਰਾਜ ਗਜ਼ਲ ਨੂੰ ਇੰਝ ਦੇਖ ਪਰੇਸ਼ਾਨ ਸੀ, ਪਰ ਬਿਨਾਂ ਕੁਝ ਕਹੇ ਅਲਮਾਰੀ ਤੋਂ ਸਮਾਨ ਲੈ ਕੇ ਉਹ ਕਮਰੇ ਤੋਂ ਨਿਕਲਣ ਹੀ ਲੱਗਾ ਸੀ ਕਿ ਉਸਦੇ ਫੋਨ 'ਤੇ ਮਿੱਕੀ ਦਾ ਫੋਨ ਆ ਗਿਆ ਅਤੇ ਮਿੱਕੀ ਨੇ ਪਹਿਲੀ ਗੱਲ ਹੀ ਇਹ ਕਹੀ, ਕੀ ਹਾਲ ਗਜ਼ਲ ਦਾ, ਉਸਦਾ ਨੰਬਰ ਨਹੀਂ ਸੈਂਡ ਕੀਤਾ ਤੂੰ ਯਾਰ, ਤੇਰੇ ਕੋਲ ਹੈ ਤਾਂ ਗੱਲ ਕਰਵਾ। ਮਨਰਾਜ ਦੇ ਫੇਸ ਇੰਪ੍ਰੈਸ਼ਨ ਥੋੜ੍ਹੇ ਬਦਲ ਗਏ ਅਤੇ ਉਸਨੇ ਫੋਨ ਗਜ਼ਲ ਵੱਲ ਕਰਦੇ ਕਿਹਾ, ਮਿੱਕੀ ਹੈ, ਗੱਲ ਕਰਨਾ ਚਾਹੁੰਦਾ ਹੈ। ਗਜ਼ਲ ਨੇ ਫੋਨ ਫੜ ਲਿਆ ਅਤੇ ਮਨਰਾਜ ਕਮਰੇ ਤੋਂ ਬਾਹਰ ਚਲਾ ਗਿਆ। ਗਜ਼ਲ ਨੇ ਇੱਕ ਨਜ਼ਰ ਮਨਰਾਜ ਨੂੰ ਦੇਖਿਆ ਤਾਂ ਉਹ ਥੋੜ੍ਹਾ ਨਾਰਾਜ਼ ਜਿਹਾ ਲੱਗਾ ਉਸਨੂੰ। ਮਿੱਕੀ ਨੇ ਕੁਝ ਦੇਰ ਗਜ਼ਲ ਨਾਲ ਗੱਲ ਕੀਤੀ ਅਤੇ ਆਪਣੇ ਤਰੀਕੇ ਨਾਲ ਉਸਨੂੰ ਸਟਰੋਂਗ ਬਣੇ ਰਹਿਣ ਲਈ ਕਿਹਾ। ਗਜ਼ਲ ਨੇ ਉਸਨੂੰ ਕੋਈ ਆਪਣੇ ਦਿਲ ਦੀ ਤਾਂ ਨਹੀਂ ਦੱਸੀ, ਪਰ ਉਸ ਨਾਲ ਗੱਲ ਕਰ ਉਸਨੂੰ ਚੰਗਾ ਲੱਗਾ। ਜਦੋਂ ਫੋਨ ਕੱਟ ਹੋ ਗਿਆ ਤਾਂ ਗਜ਼ਲ ਮਨਰਾਜ ਦਾ ਫੋਨ ਵਾਪਸ ਦੇਣ ਲਈ ਹੇਠਾਂ ਗਈ, ਜਿੱਥੇ ਮਨਰਾਜ ਆਪਣੀ ਮੰਮੀ ਨਾਲ ਬੈਠਾ ਸੀ। ਉਸ ਨੂੰ ਨਹੀਂ ਪਤਾ ਸੀ ਕਿ ਗਜ਼ਲ ਪਿੱਛੇ ਹੀ ਖੜੀ ਆ ਜਾਵੇਗੀ। ਮੰਮੀ, ਇਹ ਗਜ਼ਲ ਥੋੜ੍ਹੀ ਨਾ ਸਟਰੋਂਗ ਨਹੀਂ ਲੱਗਦੀ। ਕਿਉਂ ਸਟਰੋਂਗ ਕਿਉਂ ਨਹੀਂ, ਚੰਗੀ ਭਲੀ ਸਿਆਣੀ ਕੁੜੀ ਹੈ, ਅਜੀਬ ਐਟੀਟਿਊਡ ਇਸਦਾ ਲੱਗਦਾ ਮੈਨੂੰ, ਮੂਡ ਸਵਿੰਗ ਹੁੰਦੇ ਰਹਿੰਦੇ ਇਸਦੇ। ਤੈਨੂੰ ਕੀ ਕਹਿ ਦਿੱਤਾ ਉਸ ਭੋਲੀ ਜਿਹੀ ਕੁੜੀ ਨੇ, ਕਿਉਂ ਇੰਨਾ ਗੁੱਸੇ ਵਿੱਚ ਲੱਗ ਰਿਹਾ ਮੈਨੂੰ? ਮੈਂ ਕੋਈ ਗੁੱਸੇ ਵਿੱਚ ਨਹੀਂ ਮੋਮ, ਕਹਿੰਦਾ ਜਦੋਂ ਉਸਨੇ ਪਿੱਛੇ ਨੂੰ ਦੇਖਿਆ ਤਾਂ ਗਜ਼ਲ ਖੜੀ ਸੀ। ਗਜ਼ਲ ਨੇ ਫੋਨ ਸਾਹਮਣੇ ਟੇਬਲ 'ਤੇ ਰੱਖਿਆ ਅਤੇ ਪਾਰੁਲ ਨੂੰ ਪੁੱਛਣ ਲੱਗ ਗਈ, ਆਂਟੀ ਮੈਂ ਖਾਣਾ ਬਣਾ ਦੇਵਾਂ, ਮੈਨੂੰ ਦੱਸ ਦਿਓ ਕੀ ਬਣਾਉਣਾ ਹੈ। ਮਨਰਾਜ ਵੱਲ ਗਜ਼ਲ ਨੇ ਦੇਖਿਆ ਤੱਕ ਨਹੀਂ ਸੀ, ਪਰ ਮਨਰਾਜ ਨੂੰ ਪਤਾ ਸੀ ਕਿ ਗਜ਼ਲ ਨੇ ਉਸਦੀ ਗੱਲ ਸੁਣ ਲਈ ਹੈ। ਉਹ ਗੁੱਸੇ ਨਾਲ ਆਪਣੀ ਮਾਂ ਵੱਲ ਦੇਖਣ ਲੱਗ ਗਿਆ ਕਿ ਉਸਨੇ ਗਜ਼ਲ ਦੇ ਆਉਣ ਦਾ ਇਸ਼ਾਰਾ ਕਿਉਂ ਨਹੀਂ ਕੀਤਾ। ਪਾਰੁਲ ਨੇ ਗਜ਼ਲ ਨੂੰ ਕੋਲ ਬਿਠਾਉਂਦੀ ਨੇ ਕਿਹਾ, ਕੋਈ ਨਾ ਪੁੱਤ, ਮੈਂ ਬਣਾ ਲਵਾਂਗੀ ਖੁਦ, ਤੂੰ ਫਿਕਰ ਨਾ ਕਰ। ਨਹੀਂ ਆਂਟੀ, ਮੈਨੂੰ ਕੋਈ ਮੁਸ਼ਕਲ ਨਹੀਂ। ਚੰਗਾ ਫਿਰ ਚੱਲ, ਦੋਨੋਂ ਕਿਚਨ ਵਿੱਚ ਚੱਲਦੇ ਹਾਂ। ਜਾਂਦੇ ਜਾਂਦੇ ਗਜ਼ਲ ਨੇ ਮੁੜ ਮਨਰਾਜ ਵੱਲ ਦੇਖਿਆ, ਬਿਨਾਂ ਵੀ ਕੋਈ ਇੰਪ੍ਰੈਸ਼ਨ ਦਿੱਤੇ। ਮਨਰਾਜ ਨੇ ਦੇਖ ਮੂੰਹ ਹੇਠਾਂ ਕਰ ਲਿਆ ਤੇ ਗਜ਼ਲ ਪਾਰੁਲ ਨਾਲ ਰਸੋਈ ਵਿੱਚ ਚਲੀ ਗਈ। ਪਾਰੁਲ ਨੇ ਗਜ਼ਲ ਨੂੰ ਕਿਹਾ, ਅੱਜ ਮੈਂ ਤੈਨੂੰ ਕੈਨੇਡਾ ਦੀ ਇੱਕ ਡਿਸ਼ ਬਣਾਉਣੀ ਸਿਖਾਉਂਦੀ ਹਾਂ, ਪਾਓ ਤਾਈਨ, ਠੀਕ ਹੈ? ਸੌਖੀ ਤੇ ਨਾਲੇ ਕੁਝ ਅਲੱਗ ਵੀ ਹੋ ਜਾਵੇਗਾ ਤੁਹਾਡੇ ਲਈ। ਠੀਕ ਹੈ ਆਂਟੀ, ਮੈਨੂੰ ਦੱਸ ਦਿਓ ਮੈਂ ਕੀ ਕਰਾਂ। ਤੂੰ ਗ੍ਰੇਵੀ ਬਣਾ ਲੈ, ਮੈਂ ਦੱਸਦੀ ਹਾਂ ਕਿਵੇਂ। ਮੈਂ ਫਰਿੱਜ ਤੋਂ ਦਹੀਂ ਤੇ ਹੋਰ ਸਮਾਨ ਕੱਢ ਲਿਆਵਾਂ। ਤੇ ਪਾਰੁਲ ਫਰਿੱਜ ਵੱਲ ਚਲੀ ਗਈ। ਫਿਰ ਪਾਰੁਲ ਗਜ਼ਲ ਨੂੰ ਦੱਸਦੀ ਗਈ ਤੇ ਦੋਨਾਂ ਨੇ ਪਾਓ ਤਾਈਨ ਤਿਆਰ ਕਰ ਲਈ। ਖੁਸ਼ਬੂ ਨਾਲ ਰਸੋਈ ਮਹਿਕ ਰਹੀ ਸੀ। ਦੀਪ ਤੇ ਰੂਹੀ ਵੀ ਬਾਹਰ ਆ ਗਏ। ਵਾਹ, ਅੱਜ ਕੈਨੇਡਾ ਦਾ ਮੈਨਿਊ ਹੈ ਟੇਬਲ ਤੇ, ਕਹਿੰਦਾ ਦੀਪ ਹੱਸ ਪਿਆ। ਸਰਵ ਕਰਦੀ ਪਾਰੁਲ ਨੇ ਕਿਹਾ, ਹਾਂਜੀ ਅੱਜ ਮੈਂ ਤੇ ਗਜ਼ਲ ਨੇ ਬਣਾਇਆ ਹੈ। ਪਾਓ ਤੀਨ, ਥੋੜਾ ਪੰਜਾਬੀ ਤੜਕਾ ਵੀ ਮਾਰ ਲਿਆ ਕੁੜੀ ਨੇ। ਸਾਰੇ ਹੱਸ ਪਏ। ਪਹਿਲਾ ਚਮਚ ਮਨਰਾਜ ਦੇ ਮੂੰਹ ਵਿੱਚ ਪਾਇਆ
ਤੇ ਉਸ ਦੀਆਂ ਅੱਖਾਂ ਖੁੱਲੀਆਂ ਰਹਿ ਗਈਆਂ। ਯਮ ਕਾਫੀ ਸਹੀ ਬਣਿਆ ਹੈ। ਗਜ਼ਲ ਨੇ ਫਿਰ ਬਿਨਾਂ ਇੰਪ੍ਰੈਸ਼ਨ ਦਿੱਤੇ ਉਸ ਵੱਲ ਦੇਖਿਆ ਅਤੇ ਦੇਖ ਕੇ ਨਜ਼ਰ ਪਰਾਂ ਕਰ ਲਈ। ਸਾਰਿਆਂ ਨੇ ਅੱਜ ਟੇਬਲ 'ਤੇ ਖੂਬ ਤਾਰੀਫ ਕੀਤੀ ਗਜ਼ਲ ਦੀ। ਕਿੰਨੀ ਦੇਰ ਤੱਕ ਗੱਲਾਂ ਕਰਦੇ ਰਹੇ। ਠੰਡ ਵੱਧ ਰਹੀ ਸੀ ਅਤੇ ਚਿਮਨੀ ਵਿੱਚ ਅੱਗ ਬਾਲ ਸਾਰੇ ਉੱਥੇ ਬੈਠ ਗਏ। ਥੋੜ੍ਹੀ ਦੇਰ ਬਾਅਦ ਦੀਪ ਕਮਰੇ ਵਿੱਚ ਚਲਾ ਗਿਆ ਅਤੇ ਮਗਰੋਂ ਰੂਹੀ ਕਾਫੀ ਦੇਰ ਮਨਰਾਜ ਨਾਲ ਗੱਲਾਂ ਕਰਦੀ ਰਹੀ ਅਤੇ ਮਨਰਾਜ ਵੀ ਆਪਣੇ ਕਮਰੇ ਵਿੱਚ ਚਲਾ ਗਿਆ। ਗਜ਼ਲ ਨੂੰ ਪਾਰੁਲ ਸਮਝਾ ਰਹੀ ਸੀ ਕਿ ਹੌਲੀ ਹੌਲੀ ਹੀ ਦਿਲ ਲੱਗਣਾ, ਉਹ ਘਬਰਾਵੇ ਨਾ ਅਤੇ ਹੋਰ ਬਹੁਤ ਕੁਝ। ਫਿਰ ਪਾਰੁਲ ਦੇ ਜਾਣ ਮਗਰੋਂ ਉੱਥੇ ਹੀ ਕੰਬਲ ਲੈ ਗਜ਼ਲ ਅੱਗ ਕੋਲ ਬੈਠ ਪੜ੍ਹਨ ਲੱਗ ਗਈ ਅਤੇ ਫਿਰ ਕੁਝ ਦੇਰ ਬਾਅਦ ਆਪਣੀ ਡਾਇਰੀ ਲਿਖੀ। ਮਨਰਾਜ ਥੋੜ੍ਹੀ ਦੇਰ ਬਾਅਦ ਆਇਆ ਤਾਂ ਗਜ਼ਲ ਇਕੱਲੀ ਬੈਠੀ ਲਿਖ ਰਹੀ ਸੀ। ਮਨਰਾਜ ਕੁਝ ਸੋਚ ਗਜ਼ਲ ਵੱਲ ਤੁਰ ਪਿਆ। ਗਜ਼ਲ ਨੂੰ ਇੰਜ ਸੋਫੇ 'ਤੇ ਬੈਠੀ ਦੇਖ ਮਨਰਾਜ ਦੋ ਚਿੱਤੀ ਵਿੱਚ ਹੀ ਸੀ ਕਿ ਉਹ ਗਜ਼ਲ ਨਾਲ ਗੱਲ ਕਰੇ ਕਿ ਨਾ ਕਰੇ। ਅਸਲ ਵਿੱਚ ਉਹ ਉਸ ਤੋਂ ਸ਼ਰਮਿੰਦਾ ਸੀ। ਥੋੜ੍ਹੀ ਦੇਰ ਪਹਿਲਾਂ ਜੋ ਹੋਇਆ ਉਸ ਨੂੰ ਲੱਗ ਰਿਹਾ ਸੀ, ਇਸ ਲਈ ਇੱਕ ਵਾਰ ਗੱਲ ਕਰ ਲੈਣਾ, ਪਰ ਚੱਲਦੇ ਮੁੜਦੇ ਪੈਰ ਪਤਾ ਨਹੀਂ ਕਿਉਂ ਰਾਹਾਂ ਭੁੱਲ ਰਹੇ ਸੀ। ਗਜ਼ਲ ਨੇ ਦੇਖਿਆ ਤਾਂ ਸੋਫੇ ਤੋਂ ਉੱਠ ਗਈ। ਕੁਝ ਚਾਹੀਦਾ ਹੈ ਤੁਹਾਨੂੰ? ਉਸ ਨੇ ਹੈਰਾਨੀ ਨਾਲ ਪੁੱਛਿਆ। ਮਨਰਾਜ ਦੀ ਆਵਾਜ਼ ਲੜਖੜਾ ਗਈ। ਹਾਂ ਨਹੀਂ, ਬਸ ਪੁੱਛ ਰਿਹਾ ਸੀ ਕਿ ਤੁਸੀਂ ਕੌਫੀ ਲਵੋਗੇ? ਮੈਂ ਬਣਾਉਣ ਜਾ ਰਿਹਾ ਹਾਂ, ਜੇਕਰ ਚਾਹੀਦੀ ਹੈ ਤੁਹਾਨੂੰ। ਗਜ਼ਲ ਹੈਰਾਨ ਹੋ ਗਈ। ਫਿਰ ਉਸਨੇ ਕਿਹਾ, ਮੈਂ ਬਣਾ ਕੇ ਲਿਆਉਂਦੀ ਹਾਂ, ਤੁਸੀਂ ਰੁਕੋ। ਤੇ ਗਜ਼ਲ ਅੱਖਾਂ ਝੁਕਾਈ ਰਸੋਈ ਵੱਲ ਤੁਰ ਪਈ। ਲੰਬਾ ਸਾਹ ਲੈਂਦੇ ਮਨਰਾਜ ਉੱਥੇ ਹੀ ਬੈਠ ਗਿਆ। ਉਹ ਸ਼ਿਟਮੈਨ, ਪਤਾ ਨਹੀਂ ਕਿਉਂ ਮੈਂ ਇਸਦੇ ਨਾਲ ਗੱਲ ਨਹੀਂ ਕਰ ਪਾਉਂਦਾ। ਇਹ ਹੈ ਹੀ ਕੀ ਚੀਜ਼? ਸ਼ੇਰਨੀ ਹੈ ਕੋਈ ਜਾਂ ਸੋਰੈਸ? ਇਹਨੇ ਨੂੰ ਗਜ਼ਲ ਬਾਹਰ ਆ ਗਈ। ਮਨਰਾਜ ਸੋਫੇ ਤੋਂ ਉੱਠ ਗਿਆ। ਬਣ ਗਈ ਕੌਫੀ? ਨਹੀਂ, ਉਹ ਮੈਂ ਪੁੱਛ ਰਹੀ ਸੀ ਤੁਸੀਂ ਕਿਹੜੀ ਕੌਫੀ ਪੀਓਗੇ, ਬਲੈਕ ਜਾਂ ਮਿਲਕ ਵਾਲੀ? ਕੋਈ ਵੀ ਜੋ ਤੁਸੀਂ ਚੰਗੀ ਬਣਾ ਲਵੋ। ਹਾਂਜੀ, ਆਈ ਮੀਨ ਬਲੈਕ। ਠੀਕ ਹੈ, ਕਹਿੰਦੀ ਗਜ਼ਲ ਅੰਦਰ ਚਲੀ ਗਈ। ਮਨਰਾਜ ਨੂੰ ਇੰਜ ਕਰਦੇ ਦੇਖ ਗਜ਼ਲ ਦਾ ਹਾਸਾ ਨਿਕਲ ਰਿਹਾ ਸੀ, ਪਰ ਹੁਣ ਉਸ ਨੂੰ ਰਸੋਈ ਵਿੱਚ ਕੌਫੀ ਵੀ ਨਹੀਂ ਮਿਲ ਰਹੀ ਸੀ। ਬਹੁਤ ਦੇਰ ਜਦ ਨਹੀਂ ਮਿਲੀ ਤਾਂ ਆਖਰ ਉਸਨੇ ਰਸੋਈ ਤੋਂ ਬਾਹਰ ਦੇਖਦੇ ਮਨਰਾਜ ਨੂੰ ਆਵਾਜ਼ ਦਿੱਤੀ, ਮਨਰਾਜ ਇੱਕ ਮਿੰਟ, ਗੱਲ ਸੁਣੋਗੇ? ਮਨਰਾਜ ਉਸਦੀ ਆਵਾਜ਼ ਸੁਣ ਰਸੋਈ ਵਿੱਚ ਚਲਾ ਗਿਆ। ਕੀ ਹੋਇਆ, ਕੋਈ ਪ੍ਰੋਬਲਮ? ਕੌਫੀ ਪਾਊਡਰ ਮਿਲ ਨਹੀਂ ਰਿਹਾ ਮੈਨੂੰ, ਬੜੇ ਭੋਲੇ ਅੰਦਾਜ਼ ਵਿੱਚ ਗਜ਼ਲ ਨੇ ਮਨਰਾਜ ਨੂੰ ਕਿਹਾ। ਮਨਰਾਜ ਉਸ ਵੱਲ ਦੇਖਦਾ ਰਿਹਾ, ਫਿਰ ਬੋਲਿਆ, ਕੋਈ ਨਾ, ਮੈਨੂੰ ਪਤਾ ਹੈ ਉਹ ਕਿੱਥੇ ਰੱਖਦੇ ਨੇ ਮੋਮ, ਵੇਟ। ਤੇ ਉਸਨੇ ਕੌਫੀ ਪਾਊਡਰ ਲਿਆ ਕੇ ਗਜ਼ਲ ਨੂੰ ਦੇ ਦਿੱਤਾ। ਗਜ਼ਲ ਕੌਫੀ ਬਣਾਉਂਦੀ ਰਹੀ ਤੇ ਮਨਰਾਜ ਦੇਖਦਾ ਰਿਹਾ। ਗਜ਼ਲ ਨੇ ਕੌਫੀ ਦਾ ਕੱਪ ਮਨਰਾਜ ਨੂੰ ਦਿੱਤਾ ਤੇ ਰਸੋਈ ਤੋਂ ਬਾਹਰ ਚੱਲੀ ਸੀ ਕਿ ਮਨਰਾਜ ਨੇ ਉਸ ਨੂੰ ਰੋਕ ਲਿਆ। ਗਜ਼ਲ ਰੁਕ ਕੇ ਮੁੜੀ, ਕੁਝ ਹੋਰ ਚਾਹੀਦਾ? ਹਾਂ, ਅਸਲ ਵਿੱਚ ਕੌਫੀ ਵੀ ਨਹੀਂ ਚਾਹੀਦੀ ਸੀ, ਬਸ ਗੱਲ। ਮਤਲਬ ਕਹਿਣਾ ਚਾਹੁੰਦੇ ਸੀ ਕਿ ਮਤਲਬ ਸ਼ਾਮ ਵਾਸਤੇ ਸੌਰੀ, ਵੈਸੇ ਹੀ ਬੋਲ ਦਿੱਤਾ। ਹੋਪ ਯੂ ਡੋਂਟ ਮਾਇੰਡ। ਗਜ਼ਲ ਥੋੜ੍ਹਾ ਮੁਸਕਰਾਈ, ਮੈਨੂੰ ਤਾਂ ਯਾਦ ਵੀ ਨਹੀਂ। ਇਟਸ ਓਕੇ, ਕੌਫੀ ਨਹੀਂ ਪੀਣੀ ਤਾਂ ਰੱਖ ਦਿਓ, ਕਹਿੰਦੀ ਬਾਹਰ ਚਲੀ ਗਈ। ਮਨਰਾਜ ਕੌਫੀ ਦੇ ਕੱਪ ਦੀ ਇੱਕ ਸਿਪ ਲੈ ਚੁੱਕਾ ਸੀ ਅਤੇ ਇੰਨੀ ਟੇਸਟੀ ਕੌਫੀ ਉਹ ਨਹੀਂ ਰੱਖ ਸਕਦਾ ਸੀ, ਇਸ ਲਈ ਉਹ ਕੱਪ ਚੁੱਕ ਕੇ ਆਪਣੇ ਕਮਰੇ ਵੱਲ ਚਲਾ ਗਿਆ ਅਤੇ ਜਾਂਦਾ ਬਾਹਰ ਬੈਠੀ ਗਜ਼ਲ ਨੂੰ ਕਹਿ ਗਿਆ, ਸੱਚਾ ਡਿਲੀਸ਼ੀਅਸ ਕੱਪ। ਫਿਰ ਪਤਾ ਨਹੀਂ ਕੀ ਯਾਦ ਆਇਆ ਅਤੇ ਉਹ ਮੁੜ ਕੇ ਆਇਆ। ਇੱਕ ਗੱਲ ਹੋਰ, ਮਿੱਕੀ ਨੰਬਰ ਮੰਗ ਰਿਹਾ ਸੀ ਤੁਹਾਡਾ, ਦੇ ਦੇਵਾਂ? ਗਜ਼ਲ ਕੁਝ ਸੋਚ
ਤੁਸੀਂ ਉਸ ਦਾ ਨੰਬਰ ਮੈਨੂੰ ਦੇ ਦਿਓ, ਲੋੜ ਹੋਵੇ ਤਾਂ ਗੱਲ ਹੋ ਜਾਂਦੀ, ਮੈਨੂੰ ਸੈਂਡ ਕਰ ਦੇਣਾ। ਤੁਹਾਡਾ ਨੰਬਰ ਨਹੀਂ ਹੈ ਮੇਰੇ ਕੋਲ, ਆਪਣਾ ਨੰਬਰ ਬੋਲੋ, ਮੈਂ ਰਿੰਗ ਕਰਦੀ ਹਾਂ। ਇਸ ਤਰ੍ਹਾਂ ਸਭ ਦੇ ਨੰਬਰ ਐਕਸਚੇਂਜ ਹੋ ਗਏ ਅਤੇ ਮਨਰਾਜ ਆਪਣੇ ਕਮਰੇ ਵਿੱਚ ਚਲਾ ਗਿਆ। ਉਹ ਗਜ਼ਲ ਬਾਰੇ ਸੋਚਦਾ ਰਿਹਾ, ਪਰ ਨਾਲ ਹੀ ਇਹ ਵੀ ਸੋਚਦਾ ਰਿਹਾ ਕਿ ਉਹ ਉਸ ਬਾਰੇ ਕਿਉਂ ਸੋਚ ਰਿਹਾ ਹੈ। ਗਜ਼ਲ ਪੜ੍ਹਦੀ ਉੱਥੇ ਹੀ ਸੌ ਗਈ ਸੀ ਅਤੇ ਪਾਰੂ ਰਾਤ ਉਸੇ ਰਜਾਈ ਦੇ ਗਈ ਸੀ। ਤੜਕੇ ਉਸਦੀ ਜਾਗ ਖੁੱਲ੍ਹ ਨਾ ਸਕੀ। ਮਨਰਾਜ ਬੇਸਮੈਂਟ ਵਿੱਚ ਜਾਂਦਾ ਦੇਖ ਰਿਹਾ ਸੀ ਕਿ ਗਜ਼ਲ ਉੱਥੇ ਹੀ ਸੌ ਗਈ ਸੀ। ਅੱਜ ਮਨਰਾਜ ਨਾਲ ਰੂਹੀ ਵੀ ਜਿਮ ਜਾ ਰਹੀ ਸੀ। ਉਸਨੇ ਜਾਂਦੀ ਨੇ ਗਜ਼ਲ ਨੂੰ ਉਠਾਇਆ। ਗਜ਼ਲ ਤਪਕ ਕੇ ਉੱਠ ਗਈ, ਅੱਜ ਮੇਰੀ ਨੀਂਦ ਕਿਉਂ ਨਹੀਂ ਖੁੱਲ੍ਹੀ। ਉਹ ਆਪਣੇ ਕਮਰੇ ਵਿੱਚ ਗਈ ਅਤੇ ਜਲਦੀ ਨਹਾ ਕੇ ਪਾਠ ਕਰ ਹੇਠਾਂ ਆ ਗਈ। ਪਾਰੁਲ ਨੇ ਨਾਸ਼ਤਾ ਤਿਆਰ ਕੀਤਾ ਹੋਇਆ ਸੀ। ਸੌਰੀ ਆਂਟੀ, ਅੱਜ ਮੈਂ ਲੇਟ ਹੋ ਗਈ। ਕੋਈ ਨਾ ਪੁੱਤ, ਜਲਦੀ ਨਾਸ਼ਤਾ ਕਰੋ ਗਰਮ ਗਰਮ, ਮੈਂ ਮਨਰਾਜ ਦਾ ਨਾਸ਼ਤਾ ਬਣਾ ਦੇਵਾਂ ਤਦ ਤੱਕ। ਮੈਂ ਬਣਾਉਂਦੀ ਹਾਂ ਆਂਟੀ, ਤੁਸੀਂ ਰਹਿਣ ਦਿਓ, ਕਹਿੰਦੀ ਗਜ਼ਲ ਨੇ ਆਂਡਿਆਂ ਨੂੰ ਉਬਾਲ ਦਿੱਤਾ ਅਤੇ ਓਟਸ ਬਣਾ ਲਏ। ਦੀਪ ਵੀ ਆ ਗਿਆ ਅਤੇ ਸਾਰਿਆਂ ਨੇ ਮਿਲ ਕੇ ਨਾਸ਼ਤਾ ਕੀਤਾ। ਫਿਰ ਗਜ਼ਲ ਅਤੇ ਰੂਹੀ ਕਾਲਜ ਲਈ ਤਿਆਰ ਹੋ ਗਏ। ਮਨਰਾਜ ਵੀ ਤਿਆਰ ਹੋ ਕੇ ਆ ਗਿਆ। ਮੋਮ, ਅੱਜ ਅਸੀਂ ਸਾਰੇ ਪਾਰਟੀ ਲਈ ਜਾ ਰਹੇ ਹਾਂ, ਮੈਂ ਅੱਜ ਘਰ ਨਹੀਂ ਆ ਰਿਹਾ, ਰੂਹੀ ਝੱਟ ਬੋਲੀ। ਫਿਰ ਅਸੀਂ ਵਾਪਸ ਕਿਵੇਂ ਆਉਣਾ? ਕਿਉਂ, ਤੁਸੀਂ ਨਾਲ ਨਹੀਂ ਚੱਲ ਰਹੇ? ਮਿੱਕੀ ਦਾ ਬਰਥਡੇ ਹੈ, ਉਸਨੇ ਤੁਹਾਨੂੰ ਵੀ ਇਨਵਾਈਟ ਕੀਤਾ ਹੈ, ਗਜ਼ਲ ਬੋਲ ਪਈ। ਪਰ ਅਸੀਂ ਕੀ ਕਰਾਂਗੇ, ਅਸੀਂ ਕਿਹੜਾ ਕਿਸੇ ਨੂੰ ਜਾਣਦੇ ਹਾਂ। ਪਾਰੁਲ ਨੇ ਗਜ਼ਲ ਦਾ ਹੱਥ ਫੜਦੇ ਕਿਹਾ, ਚਲੇ ਜਾਓ ਪੁੱਤ, ਮਨਰਾਜ ਨਾਲ ਹੀ ਹੈ, ਨਾਲ ਜਾਣ ਪਹਿਚਾਣ ਹੋ ਜਾਂਦੀ ਸਭ ਨਾਲ, ਸਾਰੇ ਚੰਗੇ ਬੱਚੇ ਨੇ, ਮਿੱਕੀ ਬੁਰਾ ਮਨਾਏਗਾ ਜੇ ਨਾ ਗਏ। ਇੰਨੇ ਨੂੰ ਮਿੱਕੀ ਆ ਗਿਆ ਗੱਡੀ ਲੈ ਕੇ। ਮਨਰਾਜ ਨੇ ਉਹਨਾਂ ਨੂੰ ਬਾਹਰ ਜਾਣ ਲਈ ਕਿਹਾ ਅਤੇ ਕਿਹਾ, ਮੈਂ ਆਉਂਦਾ ਹਾਂ, ਤੁਸੀਂ ਚੱਲੋ। ਤੁਸੀਂ ਓਵਰ ਕੰਪੈਲ ਕਿਉਂ ਕੀਤਾ ਉਹਨਾਂ ਨੂੰ? ਪੁੱਤ ਗਜ਼ਲ ਕਰਕੇ ਉਦਾਸ ਹੈ, ਦਿਲ ਲੱਗ ਜਾਊ ਉਸਦਾ, ਮਨ ਹੋਰ ਦਾ ਹੋਰ ਹੋ ਜਾਂਦਾ। ਬਾਹਰ ਮਿੱਕੀ ਹੋਰਨ ਤੇ ਹੋਰਨ ਦੇ ਰਿਹਾ ਸੀ, ਇਸ ਲਈ ਮਨਰਾਜ ਵੀ ਬਾਹਰ ਚਲਾ ਗਿਆ। ਕੁਦਰਤ ਨੇ ਕਦੇ ਕੋਈ ਚੀਜ਼ ਇਕੱਲੀ ਨਹੀਂ ਬਣਾਈ, ਹਰ ਚੀਜ਼ ਦਾ ਦੂਜਾ ਪੱਖ, ਦੂਜਾ ਸ਼ੋਰ ਵੀ ਘੜ ਦਿੱਤਾ। ਦੁੱਖਾਂ ਦਾ ਅੰਤ ਸੁੱਖ ਨੇ ਕਰ ਦਿੱਤਾ, ਉਦਾਸੀ ਦਾ ਖੁਸ਼ੀ ਨੇ, ਉਤਾਰ ਦਾ ਚੜ੍ਹਾਅ ਨੇ, ਮਿਲਣ ਦਾ ਵਿਛੋੜੇ ਨੇ ਅਤੇ ਜ਼ਿੰਦਗੀ ਦਾ ਮੌਤ ਨੇ। ਕਿੰਨਾ ਅਜੀਬ ਹੈ ਇਹਨਾਂ ਦੋਹਾਂ ਦਾ ਨਾਲ ਨਾਲ ਚੱਲਣਾ, ਇਹਨਾਂ ਦਾ ਇਕੱਠੇ ਨਾ ਹੋ ਕੇ ਵੀ ਇਕੱਠੇ ਹੋਣਾ। ਪਰ ਇਹਨਾਂ ਦੀ ਗਹਿਰਾਈ ਨੂੰ ਸਭ ਤੋਂ ਜ਼ਿਆਦਾ ਉਹਨਾਂ ਨੂੰ ਹੰਢਾਉਣ ਵਾਲਾ ਹੀ ਸਮਝ ਸਕਦਾ ਹੈ। ਕਦੇ ਕਦੇ ਗਮ ਦਾ ਗਮਹੀਨ ਸਫ਼ਰ ਤੈਅ ਕਰਦਾ ਇਨਸਾਨ ਪਤਾ ਨਹੀਂ ਕਿਸ ਚੀਜ਼ ਤੋਂ ਡਰਦਾ, ਕਈ ਮਖੌਟੇ ਚਿਹਰੇ 'ਤੇ ਚੜ੍ਹਾਉਂਦਾ ਹੈ, ਕਈ ਅਭਿਨੇ ਕਰਦਾ ਹੈ ਤਾਂ ਕਿ ਕੋਈ ਉਸਦਾ ਗਮ ਬੁੱਝ ਨਾ ਪਾਵੇ। ਪਤਾ ਨਹੀਂ ਉਹ ਕਿਸੇ ਨੂੰ ਧੋਖਾ ਦੇ ਰਿਹਾ ਹੁੰਦਾ ਹੈ ਜਾਂ ਖੁਦ ਨੂੰ। ਅਜਿਹੇ ਕਈ ਚਿਹਰੇ ਸਾਡੇ ਆਸ ਪਾਸ ਹੀ ਹੁੰਦੇ ਨੇ ਪਰ ਨਜ਼ਰ ਪਹਿਚਾਣ ਨਹੀਂ ਪਾਉਂਦੀ। ਅਸੀਂ ਜ਼ਿਆਦਾਤਰ ਉਹੀ ਦੇਖਦੇ ਰਹੇ ਹੁੰਦੇ ਹਾਂ ਜੋ ਸਾਨੂੰ ਦਿਖਾਇਆ ਜਾ ਰਿਹਾ ਹੁੰਦਾ, ਜਾਂ ਫਿਰ ਉਹ ਜੋ ਅਸੀਂ ਦੇਖਣਾ ਚਾਹੁੰਦੇ ਹਾਂ। ਹਕੀਕਤ ਤੋਂ ਤਾਂ ਅਸੀਂ ਕਿਤੇ ਦੂਰ ਹੁੰਦੇ ਹਾਂ। ਮਿੱਕੀ ਦੇ ਹੋਰਨ ਦੇਣ 'ਤੇ ਰੂਹੀ ਅਤੇ ਗਜ਼ਲ ਨੇ ਉਸਨੂੰ ਮਿਲ ਜਨਮਦਿਨ ਦੀ ਬਹੁਤ ਵਧਾਈ ਦਿੱਤੀ ਅਤੇ ਫਿਰ ਮਨਰਾਜ ਵੀ ਆ ਗਿਆ। ਉਸਨੇ ਵੀ ਮਿੱਕੀ ਨੂੰ ਜਨਮਦਿਨ ਦੀ ਮੁਬਾਰਕਬਾਦ ਦਿੱਤੀ। ਫਿਰ ਚਾਰੋਂ ਕਾਲਜ ਚਲੇ ਗਏ। ਮਿੱਕੀ ਦੇ ਜਨਮਦਿਨ ਦੀ ਪਾਰਟੀ ਉਸਦੇ ਘਰ ਸੀ ਜਿੱਥੇ ਉਹ ਇਕੱਲਾ ਰਹਿੰਦਾ ਸੀ ਜਾਂ ਫਿਰ ਮਨਰਾਜ ਉਸ ਨਾਲ ਰਹਿਣ ਚਲਾ ਜਾਂਦਾ ਸੀ। ਮਿੱਕੀ ਨੇ ਗਜ਼ਲ ਕੋਲੋਂ ਉਸਦੀ ਤਬੀਅਤ ਦਾ ਵੀ ਪੁੱਛਿਆ ਤਾਂ ਉਸਨੇ ਠੀਕ ਹੈ ਕਹਿ ਦਿੱਤਾ, ਪਰ ਅੱਜ ਮਿੱਕੀ ਗਜ਼ਲ ਨੂੰ ਉਦਾਸ ਲੱਗਿਆ।
ਹਾਲਾਂਕਿ ਉਹ ਬਹੁਤ ਖੁਸ਼ ਨਜ਼ਰ ਆਉਣ ਦਾ ਦਿਖਾਵਾ ਵੀ ਕਰ ਰਿਹਾ ਸੀ ਤੇ ਸ਼ਾਇਦ ਉਸ ਦੀ ਉਦਾਸੀ ਕੋਈ ਭਾਫ਼ ਵੀ ਨਹੀਂ ਸਕਦਾ ਸੀ। ਕਾਲਜ ਦਾ ਅੱਧਾ ਦਿਨ ਹੋ ਗਿਆ ਤਾਂ ਮਿੱਕੀ ਤੇ ਮਨਰਾਜ ਨੇ ਰੂਹੀ ਨੂੰ ਕਾਲ ਕਰਕੇ ਬੁਲਾ ਲਿਆ ਤੇ ਦੱਸਿਆ ਕਿ ਉਹ ਮਿੱਕੀ ਦੇ ਘਰ ਜਾ ਰਹੇ ਨੇ ਸ਼ਾਮ ਦੀ ਪਾਰਟੀ ਦੀ ਤਿਆਰੀ ਕਰਨ। ਗਜ਼ਲ ਨੇ ਮਿੱਕੀ ਵੱਲ ਦੇਖਿਆ, ਮਿੱਕੀ ਸਾਡੀ ਕਿਸੇ ਹੈਲਪ ਦੀ ਜ਼ਰੂਰਤ ਹੈ ਤਾਂ ਅਸੀਂ ਵੀ ਚੱਲਦੇ ਹਾਂ। ਵੈਸੇ ਪਿਛਲੀ ਵਾਰ ਤਾਂ ਕਹਿੰਦਾ ਮਿੱਕੀ ਚੁੱਪ ਕਰ ਗਿਆ। ਰੂਹੀ ਝੱਟ ਬੋਲ ਪਈ, ਸਾਨੂੰ ਨਾਲ ਹੀ ਲੈ ਜਾਓ, ਅਸੀਂ ਮਦਦ ਕਰ ਦੇਵਾਂਗੇ ਜੇ ਤੁਹਾਨੂੰ ਸਾਨੂੰ ਦੁਬਾਰਾ ਲੈਣ ਵੀ ਨਹੀਂ ਆਉਣਾ ਪਵੇਗਾ। ਮਨਰਾਜ ਹੱਸ ਪਿਆ, ਅਸੀਂ ਵੈਸੇ ਵੀ ਤੁਹਾਨੂੰ ਲੈਣ ਨਹੀਂ ਆਉਣਾ ਸੀ, ਹੁਣ ਆਪਣੀ ਜ਼ਿੰਮੇਵਾਰੀ ਖੁਦ ਚੱਕੋ। ਸੱਚੀ ਨਹੀਂ ਲੈਣ ਆਉਣਾ ਸੀ? ਜੇਕਰ ਅਸੀਂ ਗੁਆਚ ਜਾਂਦੀਆਂ। ਲੈ, ਇਹ ਕਿਹੜਾ ਕੁੰਭ ਦਾ ਮੇਲਾ ਸੀ ਜਿੱਥੇ ਗੁਆਚ ਜਾਂਦੀਆਂ? ਨਾਲੇ ਇੱਥੇ ਕੋਈ ਨਹੀਂ ਗੁਆਚਦਾ, ਕੈਨੇਡੀਅਨ ਕੋਪ ਆਪੇ ਪਹੁੰਚਾ ਦਿੰਦੇ ਨੇ ਠਿਕਾਣੇ। ਕੋਪ ਜੀ? ਸਵੀਟ ਹਾਰਟ ਕੋਪ, ਜਿਵੇਂ ਤੁਹਾਡੇ ਸਿਪਾਹੀ ਇੰਡੀਆ ਦੇ, ਉਂਝ ਹੀ ਕੋਪ, ਹਰ ਵੇਲੇ ਮਦਦ ਨੂੰ ਤਿਆਰ। ਕੋਈ ਨਾ, ਲੱਗ ਜਾਊ ਪਤਾ ਹੌਲੀ ਹੌਲੀ। ਓਕੇ, ਫਿਰ ਅਸੀਂ ਨਾਲ ਹੀ ਚੱਲਦੇ ਹਾਂ, ਕਿਉਂ ਗਜ਼ਲ? ਹਾਂ ਠੀਕ ਹੈ, ਨਾਲ ਮਿੱਕੀ ਦੀ ਮਦਦ ਵੀ ਹੋ ਜਾਵੇਗੀ। ਚਲੋ ਫਿਰ ਚੱਲਦੇ ਹਾਂ, ਕਹਿ ਮਿੱਕੀ ਤੁਰ ਪਿਆ ਤੇ ਉਸਦੇ ਨਾਲ ਹੀ ਗਜ਼ਲ, ਰੂਹੀ ਤੇ ਮਨਰਾਜ ਵੀ। ਮਿੱਕੀ ਦੇ ਘਰ ਪਹੁੰਚ ਕੇ ਗਜ਼ਲ ਹੈਰਾਨ ਹੋ ਗਈ। ਮਿੱਕੀ ਦਾ ਘਰ ਬਹੁਤ ਸੋਹਣਾ ਬਣਿਆ ਸੀ। ਉਸਨੇ ਗਜ਼ਲ ਨੂੰ ਤੇ ਰੂਹੀ ਨੂੰ ਆਪਣਾ ਘਰ ਦਿਖਾਇਆ ਤੇ ਫਿਰ ਚਾਰਾਂ ਨੇ ਬੈਠ ਕੇ ਕੌਫੀ ਪੀਤੀ। ਗਜ਼ਲ ਨੇ ਇੱਕ ਨੋਟ ਪੈਡ ਤੇ ਪੈੱਨ ਫੜ ਮਿੱਕੀ ਤੋਂ ਪੁੱਛ ਇੱਕ ਲਿਸਟ ਬਣਾ ਲਈ। ਕਿੰਨੇ ਲੋਕ ਆਉਣੇ ਨੇ ਸ਼ਾਮ ਨੂੰ? ਮਿੱਕੀ ਹੈਰਾਨ ਹੋ ਗਿਆ। ਕਿਉਂ? ਲਿਸਟ ਕਰ ਲੈਂਦੇ ਹਾਂ, ਉਸ ਹਿਸਾਬ ਨਾਲ ਸਭ ਤਿਆਰ ਕਰਾਂਗੇ। ਓਕੇ, ਮਿੱਕੀ ਨੇ ਉਂਗਲਾਂ ਤੇ ਗਿਣਦੇ ਕਿਹਾ, 20 ਹੋ ਹੀ ਜਾਣੇ, 5-4 ਇੱਧਰ ਉੱਧਰ ਹੋ ਸਕਦੇ। ਗਜ਼ਲ ਨੇ ਲਿਖਦੀ ਨੇ ਅੱਖਾਂ ਚੁੱਕ ਮਿੱਕੀ ਵੱਲ ਦੇਖਿਆ, ਮਤਲਬ 25? ਮਤਲਬ 25? ਹਮ ਓਕੇ, ਸਨੈਕਸ ਸਭ ਆਰਡਰ ਕਰ ਦਿੱਤੇ ਨੇ, ਸ਼ਾਮ ਤੱਕ ਆ ਜਾਣਾ ਸਾਰਾ ਕੁਝ। ਹੋਰ ਥੋੜਾ ਘਰ ਦੀ ਸੈਟਿੰਗ ਕਰ ਦਿੰਦੇ ਹਾਂ। ਗਜ਼ਲ ਨੇ ਨਜ਼ਰ ਘੁਮਾ ਘਰ ਵੱਲ ਦੇਖਿਆ, ਓਕੇ ਕਰ ਦਿੰਦੇ ਹਾਂ, ਫਿਰ ਥੋੜਾ ਘੁੰਮ। ਫਿਰ ਉਸਨੇ ਕਿਹਾ, ਪਾਰਟੀ ਬੈਕਯਾਰਡ ਵਿੱਚ ਕਰਦੇ ਹਾਂ। ਮਨਰਾਜ ਬੋਲ ਪਿਆ, ਫਲੋਪ ਆਈਡੀਆ, ਰਾਤ ਠੰਡ ਹੋ ਜਾਣੀ ਹੈ, ਸਪੇਸੀਅਸ ਹੈ ਬਾਹਰ, ਆਪਾਂ ਫਲੇਮ ਕਰਾਂਗੇ ਬਾਹਰ, ਫਿਰ ਜਿਸ ਨੂੰ ਜ਼ਿਆਦਾ ਠੰਡ ਲੱਗੇ ਉਹ ਅੰਦਰ ਵੀ ਆ ਸਕਦਾ ਹੈ। ਗੁੱਡ ਆਈਡੀਆ, ਮੈਨੂੰ ਤਾਂ ਠੀਕ ਲੱਗਾ, ਮਿੱਕੀ ਬੋਲ ਪਿਆ, ਵੈਸੇ ਵੀ ਖਾਂਦੇ ਪੀਂਦੇ ਕਿਸ ਨੂੰ ਠੰਡ ਲੱਗਣੀ? ਰੂਹੀ ਵਿੱਚ ਹੀ ਬੋਲ ਪਈ, ਖਾਂਦੇ ਪੀਂਦੇ ਮਤਲਬ ਜੋ ਡਰਿੰਕ ਕਰਨਾ ਚਾਹੇ ਉਹ ਕਰੇਗਾ, ਸਗੋਂ ਸਾਰੇ ਹੀ ਕਰਨਗੇ ਮੈਨੂੰ ਲੱਗਦਾ। ਕਿਉਂ ਮਨਰਾਜ, ਤੇਰੀ ਸਹੇਲੀ ਵੀ ਕਹਿੰਦੀ? ਮਿੱਕੀ ਹੱਸ ਪਿਆ। ਓਏ, ਮਨਰਾਜ ਨੇ ਟੋਕਦੇ ਕਿਹਾ, ਪੁੱਤ ਇਹ ਹੁਣ ਕਾਲਜ ਤੋਂ ਪਾਰਟੀ ਤੱਕ ਆ ਗਈਆਂ ਨੇ, ਹੁਣ ਰਾਜਗਾਰ ਨੇ ਆਪਣੀਆਂ, ਕਿਉਂ ਪੰਜਾਬਣੋ? ਕਹਿੰਦਾ ਮਿੱਕੀ ਹੱਸ ਪਿਆ। ਰੂਹੀ ਨੇ ਹੈਰਾਨ ਹੁੰਦੇ ਮਨਰਾਜ ਨੂੰ ਕਿਹਾ, ਤੁਹਾਡੀ ਸਹੇਲੀ? ਫਿਰ ਕੀ ਪ੍ਰੋਬਲਮ ਇਸ ਵਿੱਚ? ਮਨਰਾਜ ਨੇ ਕਹਿੰਦੇ ਉਸਨੇ ਗਜ਼ਲ ਵੱਲ ਦੇਖਿਆ ਤਾਂ ਉਸਨੂੰ ਇੰਜ ਲੱਗਾ ਜਿਵੇਂ ਉਸਨੂੰ ਕੋਈ ਇੰਟਰਸਟ ਨਹੀਂ। ਮਨਰਾਜ ਨੇ ਗੁੱਸੇ ਨਾਲ ਮੂੰਹ ਘੁਮਾ ਲਿਆ। ਫਿਰ ਸਾਰੇ ਤਿਆਰੀ ਵਿੱਚ ਲੱਗ ਗਏ। ਗਜ਼ਲ ਨੇ ਬੈਕਯਾਰਡ ਡ੍ਰੀਮ ਪਲੇਸ ਤਰ੍ਹਾਂ ਸਜਾ ਦਿੱਤਾ। ਹੁਣ ਵਾਰੀ ਸੀ ਤਿਆਰ ਹੋਣ ਦੀ। ਰੂਹੀ ਤੇ ਗਜ਼ਲ ਕੋਲ ਕੋਈ ਕੱਪੜੇ ਨਹੀਂ ਸੀ ਪਾਰਟੀ ਲਈ, ਕਿਉਂਕਿ ਸਵੇਰੇ ਤੋਂ ਘਰੇ ਤਾਂ ਉਹ ਕੱਪੜੇ ਲੈ ਕੇ ਹੀ ਨਹੀਂ ਆਈਆਂ ਸੀ। ਮਿੱਕੀ ਦੇ ਘਰ ਤੋਂ ਮਨਰਾਜ ਦਾ ਘਰ ਜ਼ਿਆਦਾ ਦੂਰ ਨਹੀਂ ਸੀ। ਮਿੱਕੀ ਨੇ ਗਜ਼ਲ ਨੂੰ ਕਿਹਾ ਕਿ ਘਰ ਤੋਂ ਕੱਪੜੇ ਲੈ ਆਉਂਦੇ ਹਾਂ, ਤਾਂ ਮਨਰਾਜ ਨੇ ਕਿਹਾ, ਕੋਲ ਮਾਰਕੀਟ ਹੈ, ਉੱਥੋਂ ਲੈ ਆਉਣ। ਰੂਹੀ ਨੇ ਕੁਝ ਸੋਚਦੇ ਕਿਹਾ,
ਮਾਰਕੀਟ ਤੋਂ ਹੀ ਲੈ ਆਉਂਦੇ ਹਾਂ। ਕਿਉਂ ਗਜ਼ਲ, ਮੇਰੇ ਤਾਂ ਇਹ ਵੀ ਠੀਕ ਨੇ। ਗਜ਼ਲ ਨੇ ਆਪਣੇ ਕੱਪੜੇ ਦੇਖਦੇ ਕਿਹਾ ਤਾਂ ਰੂਹੀ ਤੇ ਮਨਰਾਜ ਜ਼ੋਰ ਨਾਲ ਹੱਸ ਪਏ। ਮਨਰਾਜ ਤੇ ਰੂਹੀ ਨੂੰ ਇੰਜ ਹੱਸਦੇ ਦੇਖ ਗਜ਼ਲ ਨੇ ਗੁੱਸੇ ਵਾਲਾ ਮੂੰਹ ਬਣਾ ਲਿਆ। ਰੂਹੀ ਨੇ ਕੋਲ ਜਾ ਕੇ ਗਜ਼ਲ ਨੂੰ ਗਲਵੱਕੜੀ ਵਿੱਚ ਲੈ ਲਿਆ। ਰੁੱਸ ਨਾ, ਅਸੀਂ ਨਹੀਂ ਚਾਹੁੰਦੇ ਅਸੀਂ ਸੋਹਣੇ ਲੱਗੀਏ ਤੇ ਤੂੰ ਨਹੀਂ ਹੈ ਨਾ ਮਨਰਾਜ, ਰੂਹੀ ਨੇ ਮਨਰਾਜ ਵੱਲ ਤੱਕਦੀ ਨੇ ਕਿਹਾ। ਮਨਰਾਜ ਨੇ ਗਜ਼ਲ ਵੱਲ ਦੇਖਿਆ, ਇੰਜ ਵੀ ਠੀਕ ਲੱਗਦੀ ਵੈਸੇ, ਪਰ ਨਵੇਂ ਕੱਪੜੇ ਮਿਲ ਰਹੇ ਨੇ, ਕੀ ਪ੍ਰੋਬਲਮ ਹੈ? ਮਿੱਕੀ ਨੇ ਕਿਹਾ, ਜੋ ਵੀ ਕਰਨਾ ਜਲਦੀ ਕਰੋ, ਹੋਰ ਵੀ ਬਹੁਤ ਕੰਮ ਨੇ। ਮਨਰਾਜ ਤੂੰ ਤੇ ਰੂਹੀ ਜਾ ਕੇ ਕੱਪੜੇ ਲੈ ਆਓ ਤੇ ਮੈਂ ਗਜ਼ਲ ਬੈਕਯਾਰਡ ਦਾ ਰੈਸਟ ਵਰਕ ਕੰਪਲੀਟ ਕਰ ਲੈਂਦੇ ਹਾਂ। ਮਨਰਾਜ ਦਾ ਮਨ ਨਹੀਂ ਸੀ ਰੂਹੀ ਨਾਲ ਜਾਣ ਦਾ ਤੇ ਉਸਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਕਿਉਂ ਹਰ ਵਾਰ ਜਦੋਂ ਵੀ ਮਿੱਕੀ ਗਜ਼ਲ ਨਾਲ ਗੱਲ ਕਰਦਾ ਜਾਂ ਉਸਦੇ ਨਜ਼ਦੀਕ ਆਉਂਦਾ ਉਸਨੂੰ ਅਜੀਬ ਜਿਹਾ ਕਿਉਂ ਮਹਿਸੂਸ ਹੁੰਦਾ। ਪਰ ਹੁਣ ਉਹ ਇਨਕਾਰ ਵੀ ਨਹੀਂ ਸੀ ਕਰ ਸਕਦਾ ਸੀ, ਇਸ ਲਈ ਉਹ ਰੂਹੀ ਨਾਲ ਸ਼ੋਪਿੰਗ ਲਈ ਚਲਾ ਗਿਆ। ਉਹ ਨਾਲ ਦੀ ਮਾਰਕੀਟ ਹੀ ਚਲੇ ਗਏ ਜਿੱਥੇ ਬਹੁਤ ਵਧੀਆ ਕੱਪੜੇ ਮਿਲ ਜਾਂਦੇ ਸੀ। ਰੂਹੀ ਨੇ ਆਪਣੇ ਲਈ ਇੱਕ ਮਿੰਨੀ ਡਰੈਸ ਲੈ ਲਈ। ਹੁਣ ਗਜ਼ਲ ਲਈ ਡਰੈਸ ਲੈਣੀ ਸੀ। ਉੱਥੇ ਇੱਕ ਨੀਲੀ ਡਰੈਸ ਤੇ ਮਨਰਾਜ ਦੀ ਬਾਰ ਬਾਰ ਅੱਖ ਜਾ ਰਹੀ ਸੀ। ਨੀਲਥ ਡਰੈਸ ਤੇ ਨੀਲਾ ਰੰਗ ਦੋਨੋਂ ਹੀ ਮਨਰਾਜ ਦੇ ਫੇਵਰੇਟ ਸੀ, ਪਰ ਰੂਹੀ ਨੇ ਤਾਂ ਉਹ ਇਹ ਕਹਿ ਕੇ ਰੱਖ ਦਿੱਤੀ ਸੀ ਕਿ ਸੋਹਣੀ ਨਹੀਂ। ਪਰ ਮਨਰਾਜ ਨੇ ਕਿਹਾ, ਟਾਈਮ ਘੱਟ ਹੈ ਇਸ ਲਈ ਇਹ ਹੀ ਲੈ ਲੈਂਦੇ ਹਾਂ। ਉਹ ਜਲਦੀ ਹੀ ਬਿੱਲ ਕਰਵਾ ਕੇ ਘਰ ਆ ਗਏ। ਗਜ਼ਲ ਨੇ ਕੈਂਪ ਫਾਇਰ ਦਾ ਪ੍ਰਬੰਧ ਵੀ ਬਾਹਰ ਕਰ ਦਿੱਤਾ ਸੀ। ਜਦੋਂ ਉਹ ਘਰ ਪਹੁੰਚੇ ਤਾਂ ਮਿੱਕੀ ਗਜ਼ਲ ਨਾਲ ਕੌਫੀ ਬਣਾ ਰਿਹਾ ਸੀ। ਗਜ਼ਲ ਬੈਕਯਾਰਡ ਵਿੱਚ ਹੀ ਸੀ। ਉਸਨੇ ਪਿੰਕ ਨੈੱਟ ਕਟਨਸ ਨਾਲ ਗਰਾਊਂਡ ਕਵਰ ਕਰ ਸੈਂਟਰ ਵਿੱਚ ਟੀ ਲੇਟਸ ਲਗਾ ਦਿੱਤੀਆਂ ਸੀ। ਗਰਾਸ ਏਰੀਆ ਦੇ ਸੈਂਟਰ ਵਿੱਚ ਅੱਗ ਦਾ ਪ੍ਰਬੰਧ ਤੇ ਸਾਈਡਸ ਤੇ ਵਾਈਟ ਸੈਟਿੰਗ ਕੁਸ਼ਨ ਰੱਖ ਦਿੱਤੇ ਸੀ ਜੋ ਰਾਊਂਡ ਦਿਖ ਰਹੇ ਸੀ। ਗ੍ਰੀਨ, ਪਿੰਕ ਤੇ ਵਾਈਟ ਕਲਰ ਦੀ ਸਜਾਵਟ ਦੇ ਵਿੱਚ ਰਾਈਸ ਲਾਈਟਸ ਤੇ ਸੈਂਟਰ ਵਿੱਚ ਬਲਦੀ ਅੱਗ ਹਲਕਾ ਮਿਊਜ਼ਿਕ ਮਾਹੌਲ ਬਣਾਉਣ ਵਾਲਾ ਸੀ। ਕੇਕ ਅੰਦਰ ਹਾਲ ਵਿੱਚ ਕੱਟ ਕਰਨ ਦਾ ਪ੍ਰਬੰਧ ਸੀ। ਮਨਰਾਜ ਨੇ ਦੇਖ ਕੇ ਗਜ਼ਲ ਵੱਲ ਦੇਖਦੇ ਕਿਹਾ, ਪਾਰਟੀ ਡੈਕੋਰੇਸ਼ਨ ਦੀ ਮੋਟੀ ਕਮਾਈ ਹੋ ਜਾਂਦੀ ਇੱਥੇ, ਕਿਤੇ ਵੇਟਰ ਲੱਗਣ ਜਾਂ ਇਹੋ ਜਿਹੇ ਹੋਰ ਕੰਮ ਦੀ ਲੋੜ ਨਹੀਂ ਪੈਣੀ ਤੁਹਾਨੂੰ, ਤੇ ਡਰੈਸ ਉਸਦੇ ਹੱਥ ਫੜਾ ਦਿੱਤੀ। ਗਜ਼ਲ ਨੇ ਕੋਈ ਜਵਾਬ ਨਹੀਂ ਦਿੱਤਾ, ਬਸ ਥੋੜ੍ਹਾ ਮੁਸਕਰਾ ਦਿੱਤਾ। ਮਿੱਕੀ ਕੌਫੀ ਲੈ ਕੇ ਆ ਗਿਆ। ਗਜ਼ਲ ਥੱਕ ਗਈ ਸੀ, ਸੋਚਿਆ ਕੌਫੀ ਬਣਾ ਦੇਵਾਂ। ਦੇਖਿਆ ਇਸਦਾ ਜਾਦੂ, ਮੇਰਾ ਬੈਕਯਾਰਡ ਔਸਮ ਲੱਗ ਰਿਹਾ। ਗਜ਼ਲ ਨੇ ਡਰੈਸ ਦੇਖਦੀ ਨੇ ਕਿਹਾ, ਬਹੁਤ ਸੋਹਣੀ ਹੈ। ਫਿਰ ਉਸਨੇ ਉੱਪਰ ਕਰਦੀ ਨੇ ਕਿਹਾ, ਪਰ ਇਸਦੇ ਤਾਂ ਸ਼ੋਲਡਰ ਨਹੀਂ, ਇਹ ਮੈਂ ਨਹੀਂ ਪਾਉਣੀ। ਰੂਹੀ, ਤੈਨੂੰ ਪਤਾ ਨਹੀਂ ਸੀ ਮੈਨੂੰ ਇਹਦੇ ਕੱਪੜੇ ਪਸੰਦ ਨਹੀਂ, ਮਨਰਾਜ ਨੇ ਦੇਖਦੇ ਕਿਹਾ। ਰੂਹੀ ਨੂੰ ਕੀ ਕਹਿ ਰਹੇ ਹੋ, ਜ਼ਿਆਦਾ ਗੱਲ ਸੀ ਤਾਂ ਖੁਦ ਚਲੇ ਜਾਣਾ ਸੀ, ਪਤਾ ਨਹੀਂ ਉਸਨੂੰ ਇੰਨਾ ਗੁੱਸਾ ਕਿਉਂ ਆ ਗਿਆ ਸੀ। ਮਿੱਕੀ ਨੇ ਦੇਖਦੇ ਕਿਹਾ, ਰਿਲੈਕਸ ਯਾਰ, ਮੇਰੇ ਕੋਲ ਇੱਕ ਬਲੇਜ਼ਰ ਹੈ, ਜੇਕਰ ਇਸ ਨਾਲ ਚੱਲੇਗਾ ਤਾਂ ਗਜ਼ਲ ਉੱਪਰੋਂ ਉਹ ਵੇਅਰ ਕਰ ਲਵੇਗੀ। ਗਜ਼ਲ ਦਾ ਚਿਹਰਾ ਮਨਰਾਜ ਦੇ ਗੁੱਸੇ ਨਾਲ ਪਹਿਲਾਂ ਹੀ ਉਤਰਿਆ ਪਿਆ ਸੀ। ਉਸਨੇ ਕੁਝ ਨਹੀਂ ਕਿਹਾ ਤੇ ਅੰਦਰ ਚਲੀ ਗਈ। ਰੂਹੀ ਵੀ ਉਸਦੇ ਪਿੱਛੇ ਹੀ ਚਲੀ ਗਈ। ਮਿੱਕੀ ਨੇ ਮਨਰਾਜ ਵੱਲ ਦੇਖਦੇ ਨੇ ਕਿਹਾ, ਤੂੰ ਮੱਚ ਯਾਰ, ਤੈਨੂੰ ਪਤਾ ਹੈ ਉਹ ਥੋੜੀ ਅਲੱਗ ਲੜਕੀ ਹੈ, ਸਮਝਦਾ ਨਹੀਂ? ਹਾਂ, ਨਹੀਂ ਸਮਝਦਾ, ਤੇ ਤੂੰ ਕੁਝ ਜ਼ਿਆਦਾ ਹੀ ਸਮਝਣ ਲੱਗ ਗਿਆ ਬੜੀ ਜਲਦੀ। ਮਿੱਕੀ ਹੱਸ ਪਿਆ, ਯਾਰ ਯੂ ਜੈਲਸ, ਯੂਰ ਵਟ, ਸ਼ਟ ਅਪ, ਦੇਅਰ ਇਜ਼ ਨਥਿੰਗ ਲਾਈਕ ਦੈਟ।
ਪੱਕਾ ਨਾ? ਹਾਂ ਕੋਈ ਗੱਲ ਨਹੀਂ ਇੰਜ ਦੀ, ਥੈਂਕ ਗੋਡ। ਮੈਂ ਸਮਝਿਆ ਤੂੰ ਤਾਂ ਨਿਕੰਮਾ ਹੋ ਗਿਆ, ਚੱਲ ਤਿਆਰ ਹੋ ਜਾ। ਹੁਣ ਸਾਰਿਆਂ ਦੇ ਆਉਣ ਦਾ ਟਾਈਮ ਹੋ ਰਿਹਾ ਸੀ। ਗਜ਼ਲ ਨੇ ਸ਼ੋਲਡਰ ਡਰੈਸ ਦੇ ਉੱਪਰ ਤੋਂ ਬਲੇਜ਼ਰ ਵੇਅਰ ਕਰ ਉੱਪਰ ਤੋਂ ਬੈਲਟ ਲਗਾ ਲਈ ਸੀ ਅਤੇ ਖੁੱਲ੍ਹੇ ਵਾਲ ਸਮੋਕੀ ਅੱਖਾਂ। ਗਜ਼ਲ ਨੂੰ ਰੂਹੀ ਨੇ ਜਦੋਂ ਤਿਆਰ ਕੀਤਾ ਤਾਂ ਆਪ ਹੀ ਉਸ ਨੂੰ ਦੇਖਦੀ ਰਹਿ ਗਈ। ਬਸ ਇੱਕ ਹੀ ਕਮੀ ਸੀ, ਉਸਦਾ ਉਦਾਸ ਚਿਹਰਾ। ਮਨਰਾਜ ਦੇ ਗੁੱਸੇ ਨਾਲ ਉਦਾਸ ਹੋ ਗਈ ਸੀ। ਗਜ਼ਲ, ਅੱਜ ਤੈਨੂੰ ਕੋਈ ਨਹੀਂ ਪਹਿਚਾਣ ਸਕਦਾ ਕਿ ਤੂੰ ਚੰਡੀਗੜ੍ਹ ਵਾਲੀ ਗਜ਼ਲ ਹੈ, ਅੱਤ ਹੀ ਲੱਗ ਰਹੀ ਹੈ। ਗਜ਼ਲ ਨੇ ਰੂਹੀ ਵੱਲ ਦੇਖਦੀ ਕਿਹਾ, ਪਰ ਰੂਹੀ ਤੇਰੀ ਡਰੈਸ ਬਹੁਤ ਸ਼ੋਰਟ ਹੈ। ਚੁੱਪ ਕਰ, ਜੈਸਾ ਦੇਸ ਵੈਸਾ ਬੇਸ, ਤੂੰ ਵੀ ਮੇਰੀ ਮਨ ਤਾਂ ਆਹ ਬਲੇਜ਼ਰ ਉਤਾਰ ਦੇ, ਜ਼ਿਆਦਾ ਵਧੀਆ ਲੱਗੇਗੀ। ਨਹੀਂ ਮੈਂ ਠੀਕ ਹਾਂ ਇੰਜ ਹੀ। ਕੁਝ ਦੇਰ ਮਗਰੋਂ ਜਦੋਂ ਮਿੱਕੀ ਦੇ ਫਰੈਂਡ ਆਉਣੇ ਸ਼ੁਰੂ ਹੋ ਗਏ ਤਾਂ ਮਿੱਕੀ ਨੇ ਗਜ਼ਲ ਤੇ ਰੂਹੀ ਨੂੰ ਵੀ ਕਾਲ ਕਰ ਬੈਕਯਾਰਡ ਵਿੱਚ ਆਉਣ ਨੂੰ ਕਿਹਾ। ਸੱਚ ਵਿੱਚ ਸਭ ਦੀ ਨਜ਼ਰ ਗਜ਼ਲ ਤੇ ਟਿਕ ਰਹੀ ਸੀ ਤੇ ਸਭ ਤੋਂ ਜ਼ਿਆਦਾ ਮਨਰਾਜ ਦੀ ਖੜੇ ਖੜੇ ਦੇ ਚਿਹਰੇ ਤੋਂ ਸੇਕ ਨਿਕਲਣ ਲੱਗ ਗਿਆ। ਦਿਲ ਦੀ ਧੜਕਣ ਤੇਜ਼ ਹੋ ਗਈ ਤੇ ਇੱਕ ਸਮਾਈਲ ਉਸ ਦੇ ਚਿਹਰੇ ਤੇ ਆ ਗਈ ਤੇ ਮਿੱਕੀ ਨੇ ਤਾਂ ਕਹਿ ਹੀ ਦਿੱਤਾ ਕਿ ਮਨਰਾਜ ਜਨਮ ਦਿਨ ਭਾਵੇਂ ਮੇਰਾ ਹੈ ਪਰ ਪਾਰਟੀ ਦੀ ਅਟਰੈਕਸ਼ਨ ਤਾਂ ਗਜ਼ਲ ਦੀ ਰਹਿਣ ਵਾਲੀ। ਸਾਰੇ ਆਉਣ ਲੱਗ ਗਏ ਤੇ ਹਰ ਕੋਈ ਗਜ਼ਲ ਬਾਰੇ ਪੁੱਛ ਰਿਹਾ ਸੀ। ਕੇਕ ਕੱਟ ਹੋਇਆ ਤੇ ਸਾਰਿਆਂ ਨੂੰ ਡਰਿੰਕ ਸਰਵ ਕੀਤੇ ਗਏ। ਗਜ਼ਲ ਦੀ ਹਰ ਕੋਈ ਤਾਰੀਫ ਕਰਦਾ ਤੇ ਗਜ਼ਲ ਦਾ ਗੋਰਾ ਰੰਗ ਸ਼ਰਮ ਨਾਲ ਲਾਲ ਹੋ ਰਿਹਾ ਸੀ। ਮਨਰਾਜ ਨੂੰ ਗਜ਼ਲ ਦੀ ਨਜ਼ਰ ਤੋਂ ਪਤਾ ਚੱਲ ਰਿਹਾ ਸੀ ਕਿ ਉਸ ਨੂੰ ਮਨਰਾਜ ਦੀ ਗੱਲ ਦਾ ਬਹੁਤ ਬੁਰਾ ਲੱਗਿਆ ਹੈ, ਪਰ ਉਹ ਖੁਦ ਵੀ ਮਿੱਕੀ ਤੇ ਗਜ਼ਲ ਨੂੰ ਕੋਲ ਦੇਖ ਜੈਲਸ ਸੀ ਤੇ ਹੁਣ ਹੋਰ ਵੀ ਜ਼ਿਆਦਾ ਹੋ ਰਿਹਾ ਸੀ। ਕੇਕ ਕੱਟ ਹੋ ਗਿਆ, ਆਪਣੀ ਡਰਿੰਕ ਲੈ ਕੇ ਸਾਰੇ ਬੈਕਯਾਰਡ ਵੱਲ ਜਾ ਰਹੇ ਸੀ ਤੇ ਡਾਂਸ ਕਰ ਰਹੇ ਸੀ। ਰੂਹੀ ਨੇ ਮਨਰਾਜ ਨੂੰ ਆਪਣੇ ਨਾਲ ਡਾਂਸ ਕਰਨ ਲਈ ਕਿਹਾ ਤਾਂ ਉਹ ਚਲਾ ਗਿਆ। ਮਿੱਕੀ ਗਜ਼ਲ ਵੱਲ ਚੱਲਾ ਸੀ ਤੇ ਉਸ ਨੂੰ ਇੱਕ ਕਾਲ ਆਈ ਤੇ ਉਹ ਫਟਾਫਟ ਘਰ ਤੋਂ ਬਾਹਰ ਵੱਲ ਤੁਰ ਪਿਆ। ਮਿੱਕੀ ਦੇ ਜਾਂਦੇ ਗਜ਼ਲ ਦਾ ਧਿਆਨ ਉਸ ਵੱਲ ਹੀ ਸੀ। ਉਸ ਨੇ ਮਿੱਕੀ ਨੂੰ ਰੋਕਣਾ ਚਾਹਿਆ ਪਰ ਮਿੱਕੀ ਬਾਹਰ ਵੱਲ ਤੁਰ ਪਿਆ ਤੇ ਬਾਹਰ ਚਲਾ ਗਿਆ। ਹੌਲੀ ਹੌਲੀ ਪਾਰਟੀ ਖਤਮ ਹੋਣ ਲੱਗ ਗਈ ਤੇ ਸਾਰੇ ਘਰਾਂ ਨੂੰ ਜਾਣ ਲੱਗ ਗਏ। ਗਜ਼ਲ ਨੇ ਰੂਹੀ ਨੂੰ ਕਿਹਾ ਕਿ ਮਿੱਕੀ ਬਾਹਰ ਵੱਲ ਗਿਆ ਹੈ ਤੇ ਜਿਵੇਂ ਗਿਆ ਉਸ ਨੂੰ ਠੀਕ ਨਹੀਂ ਲੱਗ ਰਿਹਾ। ਰੂਹੀ ਨੇ ਕਿਹਾ, ਚਿੱਲ ਕਰ, ਕੋਈ ਗੱਲ ਨਹੀਂ, ਤੇ ਲੜਖੜਾ ਕੇ ਡਿੱਗ ਗਈ। ਗਜ਼ਲ ਘਬਰਾ ਗਈ, ਰੂਹੀ ਕੀ ਹੋਇਆ? ਉਸ ਨੇ ਇੱਧਰ ਉੱਧਰ ਦੇਖਿਆ ਤਾਂ ਸਾਹਮਣੇ ਮਨਰਾਜ ਕਿਸੇ ਨਾਲ ਖੜਾ ਸੀ। ਮਨਰਾਜ, ਗਜ਼ਲ ਨੇ ਚੀਕ ਕੇ ਬੁਲਾਇਆ। ਮਨਰਾਜ ਘਬਰਾਹਟ ਵਿੱਚ ਉਸ ਕੋਲ ਆਇਆ। ਵਟ ਹੈਪਨਡ? ਦੇਖੋ ਰੂਹੀ ਨੂੰ ਕੀ ਹੋਇਆ, ਡਾਕਟਰ ਕੋਲ ਲੈ ਚੱਲੀਏ ਇਸ ਨੂੰ। ਮਨਰਾਜ ਨੇ ਦੇਖਿਆ, ਕੁਝ ਨਹੀਂ ਹੋਇਆ, ਲੱਗਦਾ ਡਰਿੰਕ ਜ਼ਿਆਦਾ ਹੋ ਗਈ। ਡਰਿੰਕ? ਫਿਰ ਉਸਨੇ ਰੂਹੀ ਕੋਲ ਹੋ ਦੇਖਿਆ ਤਾਂ ਉਸ ਤੋਂ ਸ਼ਰਾਬ ਦੀ ਬਦਬੂ ਆ ਰਹੀ ਸੀ। ਗਜ਼ਲ ਸ਼ਰਮਿੰਦਾ ਜਿਹੀ ਹੋ ਗਈ। ਉਸਨੇ ਮਨਰਾਜ ਵੱਲ ਭੋਲਾ ਜਿਹਾ ਚਿਹਰਾ ਬਣਾ ਕੇ ਕਿਹਾ। ਹੁਣ ਮਨਰਾਜ ਦਾ ਹਾਸਾ ਨਿਕਲ ਗਿਆ, ਹੁਣ ਇਸ ਨੂੰ ਅੰਦਰ ਲੈ ਚੱਲਦੇ ਹਾਂ, ਸਵੇਰ ਤੱਕ ਠੀਕ ਹੋ ਜਾਵੇਗੀ, ਪਰ ਆਪਾਂ ਤਾਂ ਘਰ ਜਾਣਾ ਸੀ। ਹਾਂ ਘਰ ਚੱਲਦੇ ਹਾਂ, ਪਰ ਰੂਹੀ ਨੂੰ ਇੰਜ ਕਿਵੇਂ ਲੈ ਜਾਣਾ? ਮਤਲਬ ਆਂਟੀ ਅੰਕਲ ਕੀ ਸੋਚਣਗੇ? ਉਹ ਕੁਝ ਨਹੀਂ ਕਹਿੰਦੇ। ਨਹੀਂ ਨਹੀਂ, ਜੇ ਉਹਨਾਂ ਨੇ ਮਾਮਾ ਜੀ ਨੂੰ ਦੱਸ ਦਿੱਤਾ। ਮਨਰਾਜ ਜ਼ੋਰ ਨਾਲ ਹੱਸ ਪਿਆ। ਤੈਨੂੰ ਇੰਨੀ ਦੂਰ ਬੈਠੇ ਵੀ ਡਰ ਲੱਗ ਰਿਹਾ? ਹਾਂ ਲੱਗ ਰਿਹਾ, ਡਰ ਰੱਖਣ ਲਈ ਕੋਲ ਹੋਣਾ ਜ਼ਰੂਰੀ ਹੈ, ਐਂਡ ਗਲਤ ਤੋਂ ਤਾਂ ਖੁਦ ਹੀ ਪਰਹੇਜ਼ ਰੱਖਣਾ ਚਾਹੀਦਾ। ਫਿਰ ਕੀ ਕਰਨਾ? ਮੰਮੀ ਨੂੰ ਫੋਨ ਕਰ ਦਿੰਦੇ ਹਾਂ ਕਿ ਜ਼ਿਆਦਾ ਟਾਈਮ ਹੋ ਗਿਆ, ਸਵੇਰ ਆ ਜਾਵਾਂਗੇ।
ਫਿਰ ਉਸਨੇ ਗਜ਼ਲ ਵੱਲ ਦੇਖਦੇ ਕਿਹਾ, ਠੀਕ। ਗਜ਼ਲ ਨੇ ਹਾਂ ਵਿੱਚ ਸਿਰ ਹਿਲਾਇਆ ਤੇ ਫਿਰ ਦੋਨੋਂ ਰੂਹੀ ਨੂੰ ਅੰਦਰ ਲੈ ਗਏ। ਥੋੜੀ ਦੇਰ ਸਾਰੇ ਮਸਤੀ ਕਰਦੇ ਰਹੇ। ਮਨਰਾਜ ਨੂੰ ਦੇਖ ਤਾਂ ਗਜ਼ਲ ਦਾ ਦਿਲ ਵੀ ਤੇਜ਼ ਧੜਕਦਾ ਸੀ, ਪਰ ਉਹ ਜਿਵੇਂ ਉਸ ਨੂੰ ਕਾਬੂ ਕਰ ਲੈਂਦੀ। ਠੰਡ ਵੱਧ ਹੋ ਗਈ ਸੀ। ਸਾਰੇ ਹੌਲੀ ਹੌਲੀ ਘਰਾਂ ਨੂੰ ਤੁਰ ਗਏ। ਮਨਰਾਜ ਨੇ ਦੇਖਿਆ ਮਿੱਕੀ ਕਿਤੇ ਨਹੀਂ ਸੀ। ਉਸ ਵੱਲ ਦੇਖ ਗਜ਼ਲ ਨੇ ਕਿਹਾ, ਉਹ ਬਾਹਰ ਗਿਆ ਕੁਝ ਦੇਰ ਪਹਿਲਾਂ। ਮੈਨੂੰ ਖੁਦ ਉਸ ਦੀ ਫਿਕਰ ਹੋ ਰਹੀ ਹੈ। ਮਨਰਾਜ ਨੇ ਮਿੱਕੀ ਨੂੰ ਫੋਨ ਕੀਤਾ ਤਾਂ ਉਸ ਨੂੰ ਅੱਗਿਓਂ ਫੋਨ ਕੱਟ ਕਰ ਦਿੱਤਾ। ਕੀ ਹੋਇਆ? ਕਿਤੇ ਜ਼ਰੂਰੀ ਕੰਮ ਤੇ ਹੋਏਗਾ, ਆ ਜਾਵੇਗਾ। ਤੁਸੀਂ ਵੀ ਸੌ ਜਾਓ, ਕੋਈ ਨਾ ਮਿੱਕੀ ਆ ਜਾਵੇਗਾ, ਫਿਰ ਸੌ ਜਾਵਾਂਗੀ। ਉਸ ਦੇ ਇਸ ਜਵਾਬ ਨੇ ਮਨਰਾਜ ਦਾ ਦਿਲ ਹੋਰ ਦੁਖਾ ਦਿੱਤਾ। ਉਹ ਚੁੱਪ ਚਾਪ ਵਕਯਾਰਡ ਵੱਲ ਚਲਾ ਗਿਆ ਤੇ ਅੱਗ ਕੋਲ ਜਾ ਕੇ ਬੈਠ ਗਿਆ। ਕੋਲ ਪਏ ਵਾਈਨ ਦੇ ਦੋ ਗਲਾਸ ਉਸਨੇ ਸਿੱਧੇ ਹੀ ਪੀ ਲਏ। ਗਜ਼ਲ ਨੇ ਦੇਖਿਆ ਰੂਹੀ ਘੂਕ ਸੁੱਤੀ ਪਈ ਹੈ। ਉਸਨੇ ਉਸਨੂੰ ਰਜਾਈ ਨਾਲ ਚੰਗੀ ਤਰ੍ਹਾਂ ਢੱਕ ਦਿੱਤਾ। ਫਿਰ ਉਸਨੂੰ ਖਿਆਲ ਆਇਆ ਮਨਰਾਜ ਨੂੰ ਵੀ ਠੰਡ ਲੱਗ ਰਹੀ ਹੋਣੀ। ਉਸਨੇ ਇੱਕ ਕੰਬਲ ਲਿਆ ਤੇ ਬਾਹਰ ਮਨਰਾਜ ਕੋਲ ਚਲੀ ਗਈ। ਮਨਰਾਜ ਅੱਗ ਕੋਲ ਬੈਠਾ ਸੀ। ਉਸਨੇ ਉਸ ਕੋਲ ਕੰਬਲ ਰੱਖ ਦਿੱਤਾ। ਠੰਡ ਹੈ, ਲੈ ਲਵੋ। ਮੈਨੂੰ ਠੰਡ ਨਹੀਂ ਲੱਗ ਰਹੀ, ਥੈਂਕ ਯੂ। ਮਨਰਾਜ ਨੇ ਗਜ਼ਲ ਵੱਲ ਦੇਖਿਆ ਤੇ ਗਜ਼ਲ ਜਿਵੇਂ ਵਾਪਸ ਹੋ ਹੀ ਨਹੀਂ ਸਕੀ। ਉਹ ਉਸ ਕੋਲ ਹੀ ਬੈਠ ਗਈ। ਠੰਡੀ ਸਰਦ ਹਵਾ, ਕੋਲ ਬਲਦੀ ਅੱਗ ਤੇ ਗਜ਼ਲ ਦਾ ਭੋਲਾ ਜਿਹਾ ਚਿਹਰਾ। ਚਾਰੋਂ ਪਾਸੇ ਰਾਤ ਸੀ, ਸਾਂ ਸਾਂ ਸੀ, ਪਰ ਮਨਰਾਜ ਦੇ ਦਿਲ ਵਿੱਚ ਜਿਵੇਂ ਸੰਗੀਤ ਚੱਲ ਰਿਹਾ ਸੀ। ਗਜ਼ਲ ਚੁੱਪ ਚਾਪ ਬੈਠੀ ਸੀ। ਉਸਨੇ ਆਪਣੇ ਗੋਡੇ ਹਿੱਕ ਨਾਲ ਲਗਾ ਉੱਪਰ ਸਿਰ ਧਰ ਲਿਆ ਸੀ ਤੇ ਅੱਗ ਵੱਲ ਦੇਖ ਰਹੀ ਸੀ ਤੇ ਮਨਰਾਜ ਇੱਕ ਟੱਕ ਸਿਰਫ ਉਸ ਨੂੰ ਹੀ ਦੇਖ ਰਿਹਾ ਸੀ। ਗਜ਼ਲ ਆਪਣੇ ਪੈਰ ਦਾ ਪੱਬ ਜ਼ਮੀਨ ਤੇ ਹੌਲੀ ਹੌਲੀ ਕਦੇ ਰੱਖਦੀ ਕਦੇ ਚੁੱਕਦੀ ਕੁਝ ਸੋਚ ਰਹੀ ਸੀ। ਫਿਰ ਉਸਨੇ ਇੰਜ ਹੀ ਅੱਗ ਵੱਲ ਦੇਖਦੇ ਕਿਹਾ, ਮਿੱਕੀ ਅੱਜ ਬਹੁਤ ਦੁਖੀ ਹੈ, ਭਾਵੇਂ ਉਹ ਦੱਸੇ ਜਾਂ ਨਾ ਦੱਸੇ ਮੈਨੂੰ ਪਤਾ ਹੈ। ਅੱਛਾ, ਤੈਨੂੰ ਕਿਵੇਂ ਪਤਾ? ਉਹ ਤਾਂ ਖੁਸ਼ ਸੀ, ਪਾਰਟੀ ਕਰ ਰਿਹਾ ਸੀ। ਗਜ਼ਲ ਮੁਸਕਰਾਉਂਦੀ ਹੋਈ ਬੋਲੀ। ਉਸ ਦੀਆਂ ਅੱਖਾਂ ਤਾਂ ਸਵੇਰ ਤੋਂ ਹੀ ਉਦਾਸ ਸੀ, ਜਿਵੇਂ ਕਿਸੇ ਦੀ ਉਡੀਕ ਵਿੱਚ ਹੋਣ। ਮਨਰਾਜ ਹੈਰਾਨ ਹੋ ਗਿਆ, ਕਿਉਂਕਿ ਇਹ ਤਾਂ ਉਸਨੂੰ ਵੀ ਪਤਾ ਸੀ ਕਿ ਉਹ ਜੋ ਵੀ ਕਹਿ ਰਹੀ ਸੀ ਸੱਚ ਹੀ ਸੀ। ਤੈਨੂੰ ਕੁਝ ਦੱਸਿਆ ਮਿੱਕੀ ਨੇ? ਨਹੀਂ, ਕੁਝ ਵੀ ਤਾਂ ਨਹੀਂ, ਸਗੋਂ ਜੇਕਰ ਦੱਸ ਦਿੰਦਾ ਤਾਂ ਮਨ ਹਲਕਾ ਹੋ ਜਾਂਦਾ। ਕੁਝ ਗੱਲਾਂ ਆਪਾਂ ਸਾਰਿਆਂ ਨਾਲ ਨਹੀਂ ਕਰ ਸਕਦੇ ਹੁੰਦੇ। ਹਾਂ, ਇਹ ਵੀ ਸੱਚ ਹੈ, ਸ਼ਾਇਦ ਉਸਦਾ ਕੋਈ ਸੁਪਨਾ ਟੁੱਟਿਆ ਹੋਵੇ। ਪਰ ਮੇਰੇ ਦਾਦੀ ਜੀ ਕਹਿੰਦੇ ਹੁੰਦੇ ਸੀ, ਚੰਨ ਜੋ ਸੁਪਨੇ ਦਿਖਾਉਂਦਾ ਹੈ ਸੂਰਜ ਉਸ ਨੂੰ ਪੂਰਾ ਕਰਦਾ ਹੈ। ਫਿਰ ਰੋਣਾ ਕਿਉਂ? ਸੁਪਨੇ ਦੇਖਦੇ ਰਹੋ। ਫਿਰ ਉਸਨੇ ਮਨਰਾਜ ਵੱਲ ਦੇਖਦੀ ਨੇ ਕਿਹਾ, ਕਦੇ ਕਿਸੇ ਦੇ ਸੁਪਨੇ ਆਪਾਂ ਵੀ ਹੁੰਦੇ ਹਾਂ, ਪਰ ਆਪਾਂ ਨੂੰ ਅਹਿਸਾਸ ਨਹੀਂ ਹੁੰਦਾ ਤੇ ਆਪਾਂ ਕਦਰ ਨਹੀਂ ਕਰ ਪਾਉਂਦੇ। ਮੈਂ ਤਾਂ ਨਹੀਂ, ਥੈਂਕਸ ਗੋਡ, ਤੁਸੀਂ ਵੀ ਤਾਂ ਹੋ। ਆਂਟੀ ਤੁਹਾਨੂੰ ਕਿੰਨਾ ਮਿਸ ਕਰਦੇ ਨੇ ਜਦੋਂ ਤੁਸੀਂ ਘਰ ਨਹੀਂ ਰਹਿੰਦੇ, ਮਨਰਾਜ ਨੇ ਹੈਰਾਨ ਹੋ ਕਿਹਾ। ਮੋਮ ਨੇ ਕਿਹਾ, ਜੇ ਉਹਨਾਂ ਨੇ ਨਹੀਂ ਕਿਹਾ ਤੁਹਾਨੂੰ ਅਹਿਸਾਸ ਵੀ ਨਹੀਂ। ਉਹ ਪਲੀਜ਼, ਇਹ ਇੰਡੀਆ ਇੰਡੀਆ ਮੇਰੇ ਨਾਲ ਨਾ ਖੇਡ। ਗਜ਼ਲ ਚੁੱਪ ਹੋ ਗਈ ਤੇ ਚੁੱਪ ਕਰ ਫਿਰ ਆਪਣੀ ਠੋਡੀ ਗੋਡਿਆਂ ਤੇ ਟਿਕਾ ਅੱਗ ਵੱਲ ਦੇਖਣ ਲੱਗ ਗਈ। ਮਨਰਾਜ ਨੇ ਕਿਹਾ, ਸੌ ਜਾਓ, ਜਾ ਕੇ ਮਿੱਕੀ ਆਪਣਾ ਸਮਾਂ ਲੈ ਕੇ ਆਵੇਗਾ। ਗਜ਼ਲ ਉੱਠ ਗਈ ਤੇ ਆਪਣੇ ਕਮਰੇ ਵੱਲ ਤੁਰ ਪਈ। ਮਨਰਾਜ ਉਸਨੂੰ ਦੇਖਦਾ ਰਿਹਾ। ਗਜ਼ਲ ਨੇ ਅੰਦਰ ਜਾ ਕੇ ਕੱਪੜੇ ਬਦਲ ਲਏ। ਉਸਨੇ ਦੇਖਿਆ ਰੂਹੀ ਬੇਹੋਸ਼ੀ ਵਿੱਚ ਮਨਰਾਜ ਮਨਰਾਜ ਬੁਲਾ ਰਹੀ ਸੀ। ਗਜ਼ਲ ਨੇ ਉਸਦੇ ਕੋਲ ਜਾ ਕੇ ਉਸਨੂੰ ਹਲੂਇਆ ਤਾਂ ਥੋੜ੍ਹਾ ਹੋਸ਼ ਵਿੱਚ ਆਉਂਦੀ। ਗਜ਼ਲ ਨੂੰ ਦੇਖ ਰੂਹੀ ਹੱਸ ਕੇ ਸ਼ਰਮਾ ਪਈ। ਗਜ਼ਲ, ਤੈਨੂੰ ਪਤਾ ਆਈ ਐਮ ਇਨ ਲਵ ਵਿਦ ਮਨਰਾਜ। ਇਹ ਸੁਣ ਗਜ਼ਲ ਨੂੰ ਕੀ ਹੋ ਗਿਆ ਸੀ।
ਜਿਵੇਂ ਕੋਈ ਚੁੱਪੀ ਦਿਲ ਤੇ ਪਸਰ ਗਈ ਹੋਵੇ ਤੇ ਕੋਈ ਸੁਪਨਾ ਉਪਜੇ ਉਸ ਤੋਂ ਪਹਿਲਾਂ ਹੀ ਕਿਸੇ ਨੇ ਉਸ ਨੂੰ ਨਦੀਨ ਸਮਝ ਜੜ ਤੋਂ ਉਖਾੜ ਦਿੱਤਾ ਹੋਵੇ। ਉਸ ਨੇ ਰੂਹੀ ਦੇ ਸਿਰ ਤੇ ਹੱਥ ਫੇਰਦੀ ਨੇ ਉਸ ਨੂੰ ਸੁਲਾ ਦਿੱਤਾ। ਆਪਣੀ ਅੱਖ ਵਿੱਚ ਉਸ ਨੂੰ ਨਵੀਂ ਮਹਿਸੂਸ ਹੋਈ ਤਾਂ ਉਸ ਨੇ ਝੱਟ ਉਸ ਨੂੰ ਸਾਫ਼ ਕਰ ਲਿਆ। ਇੰਨੇ ਨੂੰ ਦਰਵਾਜ਼ੇ ਤੇ ਨੌਕ ਹੋਇਆ। ਗਜ਼ਲ ਸੌ ਗਈ, ਮਨਰਾਜ ਸੀ। ਨਹੀਂ, ਜਾਗ ਹੀ ਰਹੀ ਹਾਂ। ਮੈਨੂੰ ਇੱਕ ਕੌਫੀ ਬਣਾ ਦੇਵੋਗੇ? ਇਫ ਯੂ ਡੋਂਟ ਮਾਇੰਡ। ਹਾਂ, ਬਣਾ ਦਿੰਦੀ ਹਾਂ। ਮਨਰਾਜ ਅਸਲ ਵਿੱਚ ਸੋਚ ਰਿਹਾ ਸੀ। ਉਸ ਨੇ ਜ਼ਿਆਦਾ ਰੂੜ ਬੋਲ ਦਿੱਤਾ ਗਜ਼ਲ ਨੂੰ। ਉਹ ਉਸ ਨਾਲ ਗੱਲ ਕਰਨਾ ਚਾਹੁੰਦਾ ਸੀ। ਕੌਫੀ ਤਾਂ ਬਹਾਨਾ ਸੀ। ਗਜ਼ਲ ਬਾਹਰ ਆਈ ਤਾਂ ਚਿਹਰਾ ਉਦਾਸ ਸੀ। ਮਨਰਾਜ ਦੇਖ ਕੇ ਹੈਰਾਨ ਹੋ ਗਿਆ। ਗਜ਼ਲ ਰਸੋਈ ਵੱਲ ਗਈ ਤਾਂ ਜਾਂਦੀ ਦਾ ਹੱਥ ਆਪ ਮੁਹਾਰੇ ਹੀ ਮਨਰਾਜ ਨੇ ਫੜ ਲਿਆ। ਸੌਰੀ, ਮੈਂ ਉਦਾਸ ਕਰ ਦਿੱਤਾ, ਜ਼ਿਆਦਾ ਬੋਲ ਗਿਆ ਮੈਂ। ਗਜ਼ਲ ਨੇ ਹੌਲੀ ਜਿਹੀ ਆਪਣਾ ਹੱਥ ਛੁਡਾ ਕਿਹਾ, ਨਹੀਂ, ਮੈਨੂੰ ਘਰ ਦੀ ਯਾਦ ਆ ਰਹੀ ਸੀ, ਹੋਰ ਕੁਝ ਨਹੀਂ। ਇੰਨੇ ਨੂੰ ਬਾਹਰੋਂ ਦਰਵਾਜ਼ੇ ਦੀ ਰਿੰਗ ਹੋਈ ਤਾਂ ਮਨਰਾਜ ਨੇ ਕੈਮਰੇ ਤੋਂ ਦੇਖਿਆ ਮਿੱਕੀ ਸੀ। ਇਸ ਕਹਾਣੀ ਦਾ ਅਗਲਾ ਭਾਗ ਤੁਹਾਡੇ ਵਾਸਤੇ ਕੱਲ੍ਹ ਨੂੰ ਪੇਸ਼ ਕੀਤਾ ਜਾਵੇਗਾ। ਜੇਕਰ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਅਤੇ ਬੈੱਲ ਆਈਕਨ ਨੂੰ ਦਬਾ ਕੇ ਆਲ 'ਤੇ ਸੈੱਟ ਕਰ ਲਵੋ ਤਾਂ ਕਿ ਆਉਣ ਵਾਲੀਆਂ ਕਹਾਣੀਆਂ ਦੇ ਨੋਟੀਫਿਕੇਸ਼ਨ ਤੁਹਾਨੂੰ ਜਲਦ ਪਹੁੰਚ ਸਕਣ। ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ। ਤੁਹਾਡਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।